ਸਤਿ ਸ਼੍ਰੀ ਅਕਾਲ ਜੀ, ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ ਬੀ ਸਟਾਈਲਿਸ਼ 'ਤੇ। ਅਤੇ ਅੱਜ ਆਪਾਂ ਸਮਰ ਦੇ ਕੁਛ ਡਿਜ਼ਾਈਨ ਆ ਜਿਹੜੇ ਤੁਹਾਡੇ ਨਾਲ ਸ਼ੇਅਰ ਕਰਾਂਗੇ, ਜਿਵੇਂ ਕਿ ਬਹੁਤ ਸਾਰੀ ਡਿਮਾਂਡ ਹੈ ਕਿ ਤੁਸੀਂ ਹਲਕੇ ਫੁਲਕੇ ਜਿਹੜੇ ਡਿਜ਼ਾਈਨ ਆ ਉਹ ਸ਼ੇਅਰ ਨਹੀਂ ਕਰਦੇ। ਸੋ ਅੱਜ ਆਪਾਂ ਥੋੜ੍ਹੇ ਜਿਹੇ ਕੈਜੂਅਲ ਵੀਅਰ ਆ ਜਿਹੜੇ ਸੂਟ ਹੈ ਉਵੇਂ ਦੇ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ ਡਿਜ਼ਾਈਨ। ਔਰ ਸਭ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੂੰਗੀ ਕਿ ਜੇ ਤੁਸੀਂ ਬਣਾਉਣੇ ਹੈਗੇ ਆ ਤਾਂ ਤੁਸੀਂ ਕਿਸੇ ਵੀ ਸਟੱਫ 'ਤੇ ਔਡਰ ਕਰ ਸਕਦੇ ਹੋ, ਕਿਉਂਕਿ ਜਿਹੜੇ ਹੁਣ ਸਮਰਸ ਲਈ ਜਿਹੜੀ ਸਟੱਫ ਕੋਟਨ ਚੱਲ ਰਹੀ ਹੈਗੀ ਆ ਉਹ ਆਮ ਆ, ਜਿਹੜੀ 800-900 ਦਾ ਸੂਟ ਆ ਜਿਹੜਾ ਉਹ ਆ ਜਾਂਦਾ ਹੈਗਾ। ਤਾਂ ਸੋ ਤੁਸੀਂ ਮੈਨੂੰ ਕਲਰ ਦੱਸ ਕੇ ਉਹਦੇ 'ਤੇ ਆਪਾਂ ਇਹ ਵਰਕ ਕਰ ਦਿਆਂਗੇ, ਕਿਉਂਕਿ ਇੰਨਾ ਸਟੱਫ ਆ ਜਿਹੜਾ ਉਹ ਮੈਂ ਇੱਥੇ ਪੋਸੀਬਲ ਨਹੀਂ ਹੈਗਾ ਕਿ ਮੈਂ ਤੁਹਾਨੂੰ ਸ਼ੋ ਕਰਾਂ ਵੀ ਇੰਨੇ ਡਿਜ਼ਾਈਨ ਆ। ਫਿਰ ਸਾਰਿਆਂ ਦੀ ਚੋਇਸ ਹੁੰਦੀ ਹੈ ਕਿ ਇਹਦੇ ਵਿੱਚ ਕਲਰ ਹੋਰ ਹੋਣ, ਜੀ ਇਹ ਕਲਰ ਹੋਵੇ ਉਹ ਕਲਰ ਹੋਵੇ। ਤੁਸੀਂ ਕੋਈ ਵੀ ਸਟੱਫ ਹੈ, ਜਿਵੇਂ ਮੈਂ ਤੁਹਾਨੂੰ ਅੱਜ ਆ ਜਿਹੜਾ ਸਟੱਫ ਥੋੜ੍ਹਾ ਲਾਈਨਿੰਗ ਵਾਲਾ ਜਿਵੇਂ ਦਿਖਾ ਰਹੀ ਹੈਗੀ ਹਾਂ ਇਵੇਂ ਦਾ ਚਾਹੁੰਦੇ ਹੋ, ਕੋਈ ਕਲਰ ਹੋਰ ਚਾਹੁੰਦੇ ਹੋ ਤਾਂ ਮੈਂ ਟਰਾਈ ਕਰ ਸਕਦੀ ਹਾਂ। ਸੋ ਉਵੇਂ ਜਿਹੜਾ ਤੁਸੀਂ ਮੈਨੂੰ ਆਰਡਰ ਕਰ ਸਕਦੇ ਹੋ ਮੇਰੇ ਟਰੱਸਟ 'ਤੇ ਕਿ ਤੁਹਾਨੂੰ ਉਨੀ ਇੱਕ ਹੀ ਹੋ ਸਕਦਾ, ਉਹ ਜ਼ਿਆਦਾ ਨਹੀਂ, ਲਾਈਨਿੰਗ ਵਾਲੇ ਸਟੱਫ 'ਤੇ ਜਾਂ ਪਲੇਨ 'ਤੇ ਕੋਈ ਵੀ ਕਲਰ 'ਤੇ। ਸੋ ਸਟੱਫ ਜਿਹੜਾ ਮੈਂ ਆਪਣੇ ਅਕੋਰਡਿੰਗ ਲੈ ਲਊਂਗੀ, ਤੁਸੀਂ ਮੈਨੂੰ ਆਰਡਰ ਕਨਫਰਮ ਕਰ ਸਕਦੇ ਜਿਵੇਂ ਵੀ ਮੈਂ ਹਲਕੇ ਫੁਲਕੇ, ਕਿਉਂਕਿ ਸਾਰਿਆਂ ਨੂੰ ਇਹ ਆ ਕਿ ਤੁਸੀਂ ਜੇ ਕੋਈ ਸਟਾਫ ਆਇਆ ਤੁਸੀਂ ਸਾਡੇ ਨਾਲ ਸ਼ੇਅਰ ਕਰੋ, ਕਿਉਂਕਿ ਸਟਾਫ ਆ ਜਿਹੜਾ ਮੈਂ ਇੱਕ ਜਾਂ 5 ਜਾਂ 10 ਪੀਸ ਲੈ ਕੇ ਆ ਸਕਦੀ ਹਾਂ ਜੀ, ਉਸ ਤੋਂ ਬਾਅਦ ਨਹੀਂ, ਕਿਉਂਕਿ ਇੰਨਾ ਜਿਹੜਾ ਸਟਾਫ ਆ ਤੁਹਾਡੇ ਨਾਲ ਸ਼ੇਅਰ ਕਰਨਾ ਪੋਸੀਬਲ ਹੀ ਨਹੀਂ ਹੈਗਾ। ਸੋ ਤੁਹਾਨੂੰ ਇੰਨਾ ਕੁ ਟਰੱਸਟ ਆ ਜਿਹੜਾ ਕਰਨਾ ਪਵੇਗਾ। ਸੋ ਅੱਜ ਆ ਜਿਹੜੇ ਇਹ ਤੁਸੀਂ ਕਿਵੇਂ ਵੀ ਕਿਸੇ ਵੀ ਕਲਰ 'ਤੇ ਕਹਿ ਸਕਦੇ ਜੇ ਪੋਸੀਬਲ ਆ, ਤਾਂ ਮੈਂ ਉਹ ਸਟੱਫ ਬਾਏ ਕਰਕੇ ਤੁਹਾਡਾ ਸੂਟ ਆ ਜਿਹੜਾ ਮੈਂ ਉਵੇਂ ਤਿਆਰ ਕਰ ਦੂੰਗੀ। ਸੋ ਅੱਜ ਵਾਲਾ ਜਿਹੜਾ ਡਿਜ਼ਾਈਨ ਹੈਗਾ ਇਹ ਬਿਲਕੁਲ ਹਲਕਾ ਫੁਲਕਾ ਹੈ, ਇਹ ਜਿਵੇਂ ਕੋਟਨ ਹੈਗੀ ਹੈ ਲਾਈਨਿੰਗ ਦੇ ਵਿੱਚ ਇਹ ਜਿਹੜਾ ਸਟੱਫ ਆਇਆ ਸੀ ਥੋੜ੍ਹਾ ਸਮੂਥ ਹੀ ਹੈ, ਇਹ ਵਧੀਆ 'ਚ ਹੈਗਾ। ਹਾਂਜੀ, ਇਹਦੇ ਜਿਹੜੇ ਗਲੇ 'ਤੇ ਅਸੀਂ ਇਹਨੂੰ ਦਿੱਤੀ ਹੋਈ ਹੈ ਜੀ ਵੇਲ, ਸਿੰਪਲ ਔਰ ਬਹੁਤ ਹੀ ਬਰੀਕ ਵਰਕ ਹੈਗਾ ਜੀ ਇਹ। ਔਰ ਫਿਰ ਹੈ ਜਿਹੜਾ ਇਹ ਬੂਟੀ ਹੈ, ਇਹ ਜਿਵੇਂ ਬੂਟੀ ਹੈਗੀ ਹੈ ਸੈਲਫ ਕਲਰਸ ਨਾਲ ਹੀ ਬਣੀ ਹੋਈ ਹੈ। ਸੋ ਇਹ ਮੇਰੀ ਜਿਹੜੀ ਚੋਇਸ ਆ ਐਵੇਂ ਦੀ ਹੈਗੀ ਹੈ ਕਿ ਅਸੀਂ ਥੋੜ੍ਹਾ ਜਿਹਾ ਕੰਟਰਾਸਟ ਵੀ ਲਗਾਉਣੇ ਹੈਗੇ ਹਾਂ ਕਈ ਸੂਟਸ ਦੇ ਵਿੱਚ, ਅਤੇ ਜਿਵੇਂ ਸਮਰਸ ਦੇ ਵਿੱਚ ਥੋੜ੍ਹਾ ਜਿਹਾ ਸੈਲਫ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਅਸੀਂ ਨੀਚੇ ਦੇ ਬਾਰਡਰ ਨਹੀਂ ਸੀਗਾ ਜਾਂ ਅਸੀਂ ਜਿਹੜਾ ਵਰਕ ਹੈਗਾ ਉਹ ਨਹੀਂ ਦਿੱਤਾ ਹੋਇਆ, ਬਾਰਡਰ ਨਹੀਂ ਬਣਾਇਆ, ਉਹ ਸਿਰਫ ਗਲੇ 'ਤੇ ਹੈ। ਸੋ ਅਸੀਂ ਇਹਨੂੰ ਨੈੱਟ ਵਾਲੀ ਲੇਸ ਨਾਲ ਇਹਦੀ ਫਿਨਿਸ਼ਿੰਗ ਕੀਤੀ ਹੋਈ ਹੈ ਨੀਚੇ ਤੋਂ, ਔਰ ਬੈਕ 'ਤੇ ਵੀ ਲੇਸ ਹੀ ਲੱਗੀ ਹੋਈ ਹੈ। ਸੋ ਫਿਰ ਇਹ ਜਿਹੜੀਆਂ ਇਹ ਬੂਟੀਆਂ ਹੈਗੀਆਂ 3-2-3-2 ਦੇ ਅਕੋਰਡਿੰਗ ਹੈ ਜਿਹੜੀ ਉੱਪਰ ਤੱਕ ਬਣੀ ਹੋਈ ਹੈ, ਅਤੇ ਗਲੇ 'ਤੇ ਇਹਦੇ ਵੇਲ ਬਣੀ ਹੋਈ ਹੈ। ਸੋ ਬਾਜੂ 'ਤੇ ਵੀ ਵੇਲ ਔਰ ਬੂਟੀ ਹੈਗੀ ਹੈ। ਸੋ ਇਹ ਬਹੁਤ ਹੀ ਬਿਲਕੁਲ ਸੇਮ ਸ਼ੇਡ ਦੇ ਨਾਲ ਬਣਿਆ ਹੋਇਆ ਜੀ, ਔਰ ਬਹੁਤ ਹੀ ਬਰੀਕ ਹੈ ਜਿਹੜਾ ਕੰਮ ਹੈਗਾ, ਬਹੁਤ ਹੀ ਨੀਟ ਐਂਡ ਕਲੀਨ ਹੈ। ਸੋ ਤੁਸੀਂ ਮੈਨੂੰ ਆਰਡਰ ਕਰਨਾ ਹੈਗਾ ਤਾਂ ਤੁਸੀਂ ਮੈਨੂੰ ਕੋਈ ਵੀ ਕਲਰ ਦੱਸ ਕੇ, ਜੇ ਮੈਨੂੰ ਪਲੇਨ ਮਿਲਦਾ ਸਟੱਫ ਤਾਂ ਮੈਂ ਪਲੇਨ ਬਣਾ ਦੇਵਾਂਗੀ, ਔਰ ਜੇ ਮੈਨੂੰ ਲਾਈਨਿੰਗ ਵਾਲਾ ਸੇਮ ਮਿਲਦਾ ਜਾਂ ਥੋੜ੍ਹਾ ਡਿਫਰੈਂਟ ਮਿਲਦਾ, ਸੋ ਮੈਂ ਉਹ ਜਿਹਾ ਸਟੱਫ ਲੈਣ ਦੀ ਕੋਸ਼ਿਸ਼ ਕਰੂੰਗੀ। ਸੋ ਇਹ ਜਿਹੜਾ ਦਿਖਾ ਰਹੀ ਹਾਂ ਇਹ ਵਿੰਟਰ ਦਾ ਸਟੱਫ ਹੀ ਆਇਆ ਸੀ, ਚੈੱਕ ਵਾਲਾ ਲਾਈਨਿੰਗ ਚੈੱਕ, ਸੋ ਚੱਲ ਰਿਹਾ ਹੁਣ ਉਹਦੇ 'ਤੇ ਅਸੀਂ ਘੇਰੇ 'ਤੇ ਬਣਾਇਆ ਹੋਇਆ ਜੀ। ਜਿਵੇਂ ਪਹਿਲਾਂ ਇਹ ਵੱਡੇ 2 ਫਲਾਰ ਬਣੇ ਹੋਏ ਆ, ਫਿਰ ਇੱਕ ਹੈ, ਫਿਰ ਅਸੀਂ ਬਿਲਕੁਲ ਛੋਟਾ ਦਿੱਤਾ ਹੋਇਆ। ਸੋ ਇਹ ਵੀ ਜਿਹੜਾ ਕੰਮ ਹੈਗਾ ਬਹੁਤ ਹੀ ਨੀਟ ਐਂਡ ਕਲੀਨ ਹੋਇਆ ਹੋਇਆ। ਸੋ ਤੁਸੀਂ ਜਿਹੜੇ ਸਮਰਸ ਦੇ ਸੂਟਸ 'ਤੇ ਐਵੇਂ ਦੇ ਹਲਕੇ ਫੁਲਕੇ ਡਿਜ਼ਾਈਨ ਆ ਜਿਹੜੇ ਬਣਾ ਸਕਦੇ ਹੋ, ਬਾਜੂ 'ਤੇ ਵੀ ਹੈਗਾ। ਸੋ ਜੇ ਤੁਸੀਂ ਆਰਡਰ ਕਰਨਾ ਤਾਂ ਤੁਸੀਂ ਆਪਣੇ ਕੋਈ ਵੀ ਸ਼ੇਡ ਦੇਖ ਕੇ ਮੈਨੂੰ ਆਰਡਰ ਕਰ ਸਕਦੇ ਹੋ, ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੇਰਾ ਨੰਬਰ ਹੋਊਗਾ ਜੀ, ਔਰ ਉੱਥੇ ਸਾਰੇ ਜਿਹੜੇ ਇਹਦੇ ਪ੍ਰਾਈਜ਼ ਆ ਜਿਵੇਂ ਵੀ ਤੁਸੀਂ ਸਟੱਫ ਕਹਿੰਦੇ ਹੈਗੇ ਹੋ ਤਾਂ ਉਹ ਮੈਂ ਤੁਹਾਨੂੰ ਡਿਟੇਲ 'ਚ ਦੱਸ ਦੂੰਗੀ। ਵਿਦਨ ਦੁਪੱਟਾ ਚਾਹੁੰਦੇ ਹੋ, ਲੇਸ ਚਾਹੁੰਦੇ ਹੋ ਤਾਂ ਉਹਦੇ ਅਲੱਗ ਕੋਸਟ ਹੋ ਜਾਂਦੀ ਹੈ। ਸੋ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਇੰਨਾ ਸਾਰਾ ਪਿਆਰ ਦੇਣ ਲਈ, ਵੀਡੀਓਜ਼ ਦੇਖਣ ਲਈ, ਔਰ ਜੇ ਤੁਸੀਂ ਮੇਰੇ ਚੈਨਲ 'ਤੇ ਨਵੇਂ ਤਾਂ ਸਬਸਕ੍ਰਾਈਬ ਜ਼ਰੂਰ ਕਰੋ। ਥੈਂਕ ਯੂ ਸੋ ਮੱਚ।